ਪਰ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਦੁਬਧਾ ਦੇ ਵਿੱਚ ਪੈ ਜਾਂਦੇ ਆ। ਇੱਕ ਪਾਸੇ ਪੰਥਕ ਕੈਂਡੀਡੇਟ ਤੁਸੀਂ ਹੋ ਜਿਹਨਾਂ ਦਾ ਪਿਛੋਕੜ ਸ਼ਹੀਦ ਪਰਿਵਾਰਾਂ ਦਾ, ਦੂਜੇ ਪਾਸੇ ਇੱਕ ਪੰਥਕ ਸਫ਼ਾ ਦੇ ਵਿੱਚ ਵਿਚਰਨ ਵਾਲੇ ਸਰਦਾਰ ਕਮਲਜੀਤ ਸਿੰਘ ਬਰਾੜ ਨੇ। ਬਖੂ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਵੀ ਦੁਬਿਧਾ ਕਾਹਦੀ ਆ? ਤੇ ਜਦੋਂ ਮੇਰੇ ਫਾਦਰ ਸਾਹਿਬ 1992 ਦੇ ਵਿੱਚ ਸ਼ਹੀਦ ਹੋਏ ਨੇ, ਉਦੋਂ ਇਹ ਤਾਂ ਉਦੋਂ ਰਾਜਨੀਤੀ ਜਿਹੜੇ ਹੈਗੇ ਆ ਵੀ ਇਹ ਤਾਂ ਕੁਰਸੀਆਂ ਮਾਣ ਰਹੇ ਸੀਗੇ। ਸਾਡੀ ਕੌਮ ਦੇ ਉਸ ਵਕਤ ਜਥੇਦਾਰ ਸੀਗੇ ਭਾਈ ਗੁਰਦੇਵ ਸਿੰਘ ਕੌਂਕੇ, ਤੇ ਉਹਨਾਂ ਨੂੰ ਇੱਕ MLA ਤੋਂ ਬਿਨਾਂ ਪੁੱਛੇ ਪੁਲਿਸ ਜੇ ਚੱਕ ਕੇ ਇੱਕ ਜਥੇਦਾਰ ਨੂੰ ਚੱਕ ਕੇ ਲੈ ਕੇ ਜਾ ਰਹੇ ਆ, ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀਗੇ ਮੌਜੂਦਾ। ਪਿੰਡ ਦੀ ਪੰਚਾਇਤ ਦੋ ਵਾਰ ਉਹਨਾਂ ਦੇ ਉੱਥੇ ਜਾ ਕੇ ਦਰਸ਼ਨ ਸਿੰਘ ਖੋਟੇ ਨੂੰ ਉਹਨਾਂ ਨੇ ਅਪੀਲ ਕੀਤੀ ਵੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਆ ਵੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਜਾ ਕੇ ਛਡਾਓ, ਤੇ ਗੁਰਦੇਵ ਸਿੰਘ ਕੌਂਕਾ ਜਥੇਦਾਰ ਆ। ਤੇ ਇਹਦਾ ਦਰਸ਼ਨ ਖੋਟੇ ਦਾ ਅੱਗਿਓਂ ਜਵਾਬ ਸੀ, ਕਹਿੰਦਾ ਮੈਂ ਹੋਰ ਕੁਛ ਨਹੀਂ ਕਰ ਸਕਦਾ, ਕਹਿੰਦਾ ਮੈਂ ਸਿਰਫ ਇੰਨਾ ਪਤਾ ਕਰਕੇ ਦੱਸ ਸਕਦਾ ਵੀ ਉਹ ਜਿਉਂਦੇ ਆ ਕਿ ਸ਼ਹੀਦ ਹੋ ਗਏ। ਤੇ ਹੁਣ ਮੈਨੂੰ ਐਂ ਦੱਸੋ ਹਲੇ ਵੀ ਕੀ ਕੌਮ ਨੂੰ ਦੋ ਦੁਵਿਧਾ ਦੇ ਵਿੱਚ ਆ ਵੀ ਜਿਹੜਾ ਅੱਜ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਕੌਮ ਦੀਆਂ ਗੱਲਾਂ ਸੁਣਾਉਣ ਲੱਗ ਗਿਆ ਤੇ ਉਹਨਾਂ ਦਾ ਪਿਛੋਕੜ ਤੁਸੀਂ ਭੁੱਲ ਗਏ, ਜਿਹੜੇ ਜਿਨ੍ਹਾਂ ਨੇ ਪਰਿਵਾਰਾਂ ਨੇ ਕੁਰਬਾਨੀਆਂ ਕਰਤੀਆਂ ਪੰਜਾਬ ਦੇ ਲਈ, ਆਪਣੀ ਪੰਥ ਕੌਮ ਲਈ, ਅੱਜ ਉਹਨਾਂ ਨੂੰ ਆਪਣਾ ਇਨਸਾਫ਼ ਦੱਸਣਾ ਪੈਣਾ ਵੀ ਸੱਚ ਕੌਣ ਅਤੇ ਝੂਠ ਕੌਣ। ਜੇ ਆਪ ਆਪਣੀ ਲੜਾਈ ਪੰਜਾਬ ਦੀ ਜੇ ਅਸੀਂ ਲੜਨ ਨੂੰ ਅੱਗੇ ਆ ਰਹੇ ਹਾਂ, ਤਿੰਨ ਪੀੜ੍ਹੀਆਂ ਅਸੀਂ ਆਪਣੀਆਂ ਲਾ ਚੁੱਕੇ, ਚੌਥੀ ਪੀੜ੍ਹੀ ਜੇ ਅੱਗੇ ਲੜਾਈ ਲੜ ਰਹੀ ਆ, ਤੇ ਫਿਰ ਵੀ ਜੇ ਸਾਨੂੰ ਆਪਣਾ ਇਹ ਦੱਸਣਾ ਪੈ ਗਿਆ ਵੀ ਅਸੀਂ ਕੌਣ ਹੁੰਦੇ ਹਾਂ, ਤੇ ਬਹੁਤ ਮਾੜੀ ਗੱਲ ਆ ਸਾਡੇ ਲਈ। ਜਿੱਥੇ ਵੀ ਇਸ਼ਤਿਹਾਰ ਨੇ, ਇਸ਼ਤਿਹਾਰ ਦੇ ਉੱਪਰ ਇੱਕ ਪਾਸੇ ਕਮਲਜੀਤ ਬਰਾੜ ਦੀ ਫੋਟੋ ਹੈ ਤੇ ਦੂਜੇ ਪਾਸੇ ਉਹਨਾਂ ਦੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੀ ਫੋਟੋ ਹੈ ਤੇ ਸਭ ਤੋਂ ਉੱਪਰਲੇ ਪਾਸੇ ਛੋਟੀ ਜਿਹੀ ਫੋਟੋ ਉਹਨੇ ਆਪਣੇ ਪਿਤਾ ਜੀ ਦੀ ਲਾਈ ਹੋਈ ਹੈ। ਪਹਿਲੀ ਜਿਹੜੀ ਸਟੇਜ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਦਾਸ ਦੇ ਦਿੱਤੀ, ਇਹਨਾਂ ਤੱਕ ਇੱਥੇ ਰੋਕੀਆਂ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ, ਵੀ ਅਸੀਂ ਇੱਥੇ ਜਿਹੜੇ ਨੈਸ਼ਨਲ ਟ੍ਰੇਨਾਂ ਆ ਦਰਾਹੇ ਦਾ ਪੁਲ ਸਾਰਾ ਘੇਰਿਆ, ਮੇਨ ਅਸੀਂ ਟ੍ਰੇਨਾਂ ਇੱਥੇ ਰੋਕੀਆਂ। ਇੱਕ ਕਾਂਗਰਸੀ ਜਿਹਦਾ ਬੈਕਗਰਾਉਂਡ ਹੋਵੇ, ਜਿਹੜਾ ਕਹਿੰਦਾ ਹੋਵੇ, ਇੱਕ ਠੋਕ ਕੇ ਕਹਿੰਦਾ ਹੋਵੇ ਵੀ ਕਾਂਗਰਸ ਮਾੜੀ ਨਹੀਂ, ਕਾਂਗਰਸ ਦੇ ਵਿੱਚ ਕੁਛ ਲੋਕ ਮਾੜੇ ਆ, ਤੇ ਉਹ ਤੋਂ ਬਾਅਦ ਵੀ ਆਪਣੇ ਬਾਪੂ ਦੀ ਜਿਹੜਾ ਉਹਦਾ ਕਾਂਗਰਸ ਦੇ ਵਿੱਚ ਉਹਦਾ ਫਾਦਰ ਆ ਜਿਹਨੇ 82 ਦੀ ਸਰਕਾਰ ਦੇ ਵਿੱਚ ਅਨੇਕਾਂ ਹੀ ਸਾਡੇ ਨੌਜਵਾਨ ਮਾਰੇ, ਸਾਡੀਆਂ ਧੀਆਂ ਭੈਣਾਂ ਦੀ ਬੇਪਤ ਕਰੀ, ਉਹਨਾਂ ਦਾ ਨਾਲ ਉਹ ਜਿਹੜਾ ਉਹ ਬੁੱਚੜ ਬਿਨਤੇ ਸਰਕਾਰ ਦੀ ਬੁੱਚੜ ਦੇ ਵਿੱਚ ਬਰਾਬਰ ਦਾ ਭਾਗੀਦਾਰੀ ਰਿਹਾ, ਤੇ ਅੱਜ ਉਹ ਅੱਜ ਪੰਥ ਕਿਵੇਂ ਹੋ ਗਿਆ। ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਹਦੇ ਤੇ ਆਪਣਾ ਜਵਾਬ ਦੇਣਾ ਚਾਹੀਦਾ। ਮੈਂ ਥੋੜੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕਰਨੀ ਚਾਹੁੰਦਾ ਵਾਂ, ਟਾਈਮ ਤੁਹਾਡਾ ਵੀ ਬੜਾ ਕੀਮਤੀ ਹੈ ਕਿਉਂਕਿ ਕੰਪੇਨ ਤੇ ਜਾਣਾ ਹੁੰਦਾ ਆ। ਹਾਂਜੀ ਹਾਂਜੀ, ਜੇ ਗੱਲ ਕਰੀਏ ਲੁਧਿਆਣੇ ਦੀ, ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਖਡੂਰ ਸਾਹਿਬ ਹਲਕੇ ਦੀ ਗੱਲ ਚੱਲੀ ਸੀ, ਇੱਕ ਪਾਸਾ ਕੰਮ ਹੋ ਗਿਆ, ਫਰੀਦਕੋਟ ਦੀ ਗੱਲ ਚੱਲੀ ਇੱਕ ਪਾਸਾ ਕੰਮ ਹੋ ਗਿਆ, ਸੰਗਰੂਰ ਦੀ ਗੱਲ ਚੱਲੀ ਇੱਕ ਪਾਸਾ ਕੰਮ ਹੋ ਗਿਆ, ਪਰ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਅਸੀਂ ਦੁਬਧਾ ਦੇ ਵਿੱਚ ਪੈ ਜਾਂਦੇ ਹਾਂ। ਇੱਕ ਪਾਸੇ ਪੰਥਕ ਕੈਂਡੀਡੇਟ ਤੁਸੀਂ ਹੋ ਜਿਹਨਾਂ ਦਾ ਪਿਛੋਕੜ ਸ਼ਹੀਦ ਪਰਿਵਾਰਾਂ ਦਾ ਹੈ, ਦੂਜੇ ਪਾਸੇ ਇੱਕ ਪੰਥਕ ਸਫ਼ਾ ਦੇ ਵਿੱਚ ਵਿਚਰਨ ਵਾਲੇ ਸਰਦਾਰ ਕਮਲਜੀਤ ਸਿੰਘ ਬਰਾੜ ਨੇ। ਲੁਧਿਆਣੇ ਵਾਲੇ ਕਹਿੰਦੇ ਵੀ ਅਸੀਂ 6-6-5 ਦੇ ਵਿੱਚ ਪੈ ਗਏ ਹਾਂ, ਦੋਵੇਂ ਪੰਥਕ ਚਿਹਰੇ ਨੇ, ਅਸੀਂ ਦੁਬਧਾ ਦੇ ਵਿੱਚ ਵੋਟ ਕਿਹਨੂੰ ਪਾਈਏ? ਨਹੀਂ ਮੱਖੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਵੀ ਦੁਬਿਧਾ ਕਾਹਦੀ ਆ? ਇੱਕ ਪਾਸੇ ਤਾਂ ਕਮਲਜੀਤ ਬਰਾੜ ਦਾ ਜਿਹੜਾ ਫਾਦਰ ਆ ਦਰਸ਼ਨ ਸਿੰਘ ਖੋਟੇ, ਉਹ ਬਿਆਨਸਿਓ ਦੇ ਯਾਰ ਹੋਣ ਕੇ ਹੁਣ ਨਾਤੇ, ਉਹਦਾ ਰਾਈਟ ਹੈਂਡ ਹੋਣ ਦੇ ਨਾਤੇ, ਉਦੋਂ ਜਦੋਂ ਮੇਰੇ ਫਾਦਰ ਸਾਹਿਬ ਹੋਣੀ ਕੌਮ ਲਈ ਪੰਥ ਲਈ ਆਪਣੀ ਲੜਾਈ ਕਰ ਰਹੇ ਸੀ ਤੇ ਸਾਰੀਆਂ ਪਾਰਟੀਆਂ ਨੇ ਜਦੋਂ ਬਾਈਕਾਟ ਕਰਿਆ ਸੀ, ਦੂਜੇ ਪਾਸੇ
ਜਦੋਂ ਬੇਅੰਤ ਸਿੰਘ ਉਹ ਪੰਥ ਤੋਂ ਦੂਜੇ ਪਾਸੇ ਆ ਕੇ ਲੜਾਈ ਖੜਿਆ ਕਾਂਗਰਸ ਦੇ ਵਿੱਚ, ਤੇ ਉਹਦਾ ਜਿਹੜਾ ਰਾਈਟ ਹੈਂਡ ਹੋਣ ਦੇ ਨਾਤੇ ਦਰਸ਼ਨ ਖੋਟੇ ਜਿਹੜਾ ਵਾ ਉਹਨੇ ਉਹ ਚੀਜ਼ ਦਾ ਜਗਰਾਓ ਤੋਂ MLA ਉਦੋਂ ਜਿੱਤਿਆ ਵਾ। ਤੇ ਜਦੋਂ ਮੇਰੇ ਫਾਦਰ ਸਾਹਿਬ 1992 ਵਿੱਚ ਸ਼ਹੀਦ ਹੋਏ ਨੇ ਉਦੋਂ ਇਹ ਤਾਂ ਉਦੋਂ ਰਾਜਨੀਤੀ ਜਿਹੜੇ ਹੈਗੇ ਵੀ ਇਹ ਤਾਂ ਕੁਰਸੀਆਂ ਮਾਣ ਰਹੇ ਸੀਗੇ। ਦੂਜੇ ਪਾਸੇ ਜਦੋਂ ਮੇਨ ਥੰਮ ਜਿਹੜੇ 1992 ਦੇ ਵਿੱਚ ਜਿਹੜੇ ਡਿੱਗੇ ਆ, ਪਿਤਾ ਜੀ 92 ਦੇ ਵਿੱਚ ਸ਼ਹੀਦੀ ਹੋਈ ਹੈ। ਹਾਂਜੀ, ਮੇਰੇ ਫਾਦਰ ਸਾਹਿਬ 1992 ਚ 6-12 June 1992 ਬਈ ਜਦੋਂ ਮੇਨ ਥੰਮ ਜਿਹੜੇ 1992 ਦੇ ਵਿੱਚ ਡਿੱਗੇ, ਜਿਵੇਂ ਫਾਦਰ ਸਾਹਿਬ BTF ਦੇ ਚੀਫ ਸੀਗੇ, ਉਹ ਤੋਂ ਬਾਅਦ KLF ਦੇ ਚੀਫ ਸੀਗੇ ਭਾਈ ਗੁਰਜੰਤ ਸਿੰਘ ਬੁੱਲ ਸਿੰਘ ਵਾਲਾ, ਉਹ ਤੋਂ ਬਾਅਦ ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਬੱਬਰ ਖਾਲਸਾ ਦੇ ਸੀਗੇ ਉਹ 1992 ਦੇ ਵਿੱਚ ਸ਼ਹੀਦ ਹੋਏ ਆ। ਤੇ ਮੈਨੂੰ ਇੱਕ ਗੱਲ ਦੱਸੋ ਵੀ ਇਹ ਦਰਸ਼ਨ ਖੋਟੇ ਨੇ ਕਿੱਥੇ ਜਾ ਕੇ ਖੜਿਆ? ਉਹ ਤੋਂ ਬਾਅਦ ਦਸੰਬਰ ਦੇ ਵਿੱਚ ਜਿਹੜੇ ਮੇਨ ਸਾਡੀ ਕੌਮ ਦੇ ਉਸ ਵਕਤ ਜਥੇਦਾਰ ਸੀਗੇ ਭਾਈ ਗੁਰਦੇਵ ਸਿੰਘ ਕੌਂਕੇ, ਤੇ ਉਹਨਾਂ ਨੂੰ ਇੱਕ MLA ਤੋਂ ਬਿਨਾਂ ਪੁੱਛੇ ਪੁਲਿਸ ਜੇ ਚੱਕ ਕੇ ਇੱਕ ਜਥੇਦਾਰ ਨੂੰ ਚੱਕ ਕੇ ਲੈ ਕੇ ਜਾ ਰਹੇ ਆ, ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀਗੇ ਮੌਜੂਦਾ ਗੁਰਦੁਆਰੇ ਦੇ ਵਿੱਚੋਂ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚੋਂ, ਤੇ ਉਹਨਾਂ ਨੂੰ ਜਦ ਚੱਕ ਕੇ ਲੈ ਕੇ ਜਾ ਰਹੇ ਆ ਤੇ MLA ਨੂੰ ਪਤਾ ਨਹੀਂ ਹੋਊਗਾ। ਫਿਰ ਉਹ ਤੋਂ ਉੱਪਰਲੀ ਵੱਡੀ ਗੱਲ, ਜਦੋਂ ਪਿੰਡ ਦੀ ਪੰਚਾਇਤ ਦੋ ਵਾਰ ਉਹਨਾਂ ਦੇ ਉੱਥੇ ਜਾ ਕੇ ਦਰਸ਼ਨ ਸਿੰਘ ਖੋਟੇ ਨੂੰ ਉਹਨਾਂ ਨੇ ਅਪੀਲ ਕੀਤੀ ਵੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਆ ਵੀ ਕਿਵੇਂ ਨਾ ਕਿਵੇਂ ਉਹਨਾਂ ਨੂੰ ਜਾ ਕੇ ਛਡਾਓ, ਤੇ ਗੁਰਦੇਵ ਸਿੰਘ ਕੌਂਕੇ ਜਥੇਦਾਰ ਆ, ਤੇ ਇਹਦਾ ਦਰਸ਼ਨ ਖੋਟੇ ਦਾ ਅੱਗਿਓਂ ਜਵਾਬ ਸੀ ਕਹਿੰਦਾ ਮੈਂ ਹੋਰ ਕੁਛ ਨਹੀਂ ਕਰ ਸਕਦਾ, ਕਹਿੰਦਾ ਮੈਂ ਸਿਰਫ ਇੰਨਾ ਪਤਾ ਕਰਕੇ ਦੱਸ ਸਕਦਾ ਵੀ ਉਹ ਜਿਉਂਦੇ ਆ ਕਿ ਸ਼ਹੀਦ ਹੋ ਗਏ। ਤੇ ਹੁਣ ਮੈਨੂੰ ਐਂ ਦੱਸੋ ਹਲੇ ਵੀ ਕੀ ਕੌਮ ਨੂੰ ਦੁਵਿਧਾ ਦੇ ਵਿੱਚ ਆ ਵੀ ਜਿਹੜਾ ਅੱਜ 4 ਦਿਨਾਂ ਦੇ ਵਿੱਚ ਤੁਹਾਨੂੰ ਕੌਮ ਦੀਆਂ ਗੱਲਾਂ ਸੁਣਾਉਣ ਲੱਗ ਗਿਆ ਤੇ ਉਹਨਾਂ ਦਾ ਪਿਛੋਕੜ ਤੁਸੀਂ ਭੁੱਲ ਗਏ, ਜਿਹੜੇ ਜਿਨ੍ਹਾਂ ਨੇ ਪਰਿਵਾਰਾਂ ਨੇ ਕੁਰਬਾਨੀਆਂ ਕਰਤੀਆਂ ਪੰਜਾਬ ਦੇ ਲਈ, ਆਪਣੇ ਪੰਥ ਕੌਮ ਲਈ, ਅੱਜ ਉਹਨਾਂ ਨੂੰ ਆਪਣਾ ਇਨਸਾਫ਼ ਦੱਸਣਾ ਪੈਣਾ ਵੀ ਸੱਚ ਕੌਣ ਆ ਤੇ ਝੂਠ ਕੌਣ, ਇਹ ਤਾਂ ਹੁਣ ਤੁਹਾਨੂੰ ਆਪ ਦੱਸਣਾ ਚਾਹੀਦਾ ਨਾ। ਇਹ ਤਾਂ ਸਾਨੂੰ ਜੇ ਆਪ ਆਪਣੀ ਲੜਾਈ ਪੰਜਾਬ ਦੀ ਜੇ ਅਸੀਂ ਲੜਨ ਨੂੰ ਅੱਗੇ ਆ ਰਹੇ ਹਾਂ, 3 ਪੀੜ੍ਹੀਆਂ ਅਸੀਂ ਆਪਣੀਆਂ ਲਾ ਚੁੱਕੇ ਹਾਂ, 4th ਪੀੜ੍ਹੀ ਜੇ ਆ ਕੇ ਲੜਾਈ ਲੜ ਰਹੀ ਆ, ਤੇ ਫਿਰ ਵੀ ਜੇ ਸਾਨੂੰ ਆਪਣਾ ਇਹ ਦੱਸਣਾ ਪੈ ਗਿਆ ਵੀ ਅਸੀਂ ਕੌਣ ਹੁੰਦੇ ਹਾਂ, ਤੇ ਬਹੁਤ ਮਾੜੀ ਗੱਲ ਆ ਸਾਡੇ ਲਈ। ਬਹੁਤ ਵੱਡਾ ਸਵਾਲ ਆ ਜਾਂਦਾ ਆ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਦੁਬਧਾ ਜਿਹੜੀ ਹੈ ਉਹ ਖਤਮ ਹੋ ਗਈ ਹੈ, ਪਰ ਜੇ ਦੂਸਰਾ ਪਾਸਾ ਵੇਖਿਆ ਜਾਵੇ ਤਾਂ ਕਮਲਜੀਤ ਸਿੰਘ ਬਰਾੜ ਉਹ ਜਿੱਥੇ ਵੀ ਇਸ਼ਤਿਹਾਰ ਨੇ, ਇਸ਼ਤਿਹਾਰ ਦੇ ਉੱਪਰ ਇੱਕ ਪਾਸੇ ਕਮਲਜੀਤ ਬਰਾੜ ਦੀ ਫੋਟੋ ਹੈ ਤੇ ਦੂਜੇ ਪਾਸੇ ਉਹਨਾਂ ਦੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਦੀ ਫੋਟੋ ਹੈ ਤੇ ਸਭ ਤੋਂ ਉੱਪਰਲੇ ਪਾਸੇ ਛੋਟੀ ਜਿਹੀ ਫੋਟੋ ਉਹਨੇ ਆਪਣੇ ਪਿਤਾ ਜੀ ਦੀ ਲਾਈ ਹੋਈ ਹੈ। ਤੇ ਕੀ ਗੱਲ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ ਵੀ ਖਡੂਰ ਸਾਹਿਬ ਹਲਕੇ ਦੀ ਜੇ ਗੱਲ ਕਰੀਏ ਤੇ ਸਰਦਾਰ ਮਾਨ ਸਾਹਿਬ ਨੇ ਉੱਥੋਂ ਆਪਣਾ ਕੈਂਡੀਡੇਟ ਵਾਪਸ ਲੈ ਲਿਆ, ਤੇ ਇੱਥੋਂ ਦੀ ਜੇ ਗੱਲ ਕਰੀਏ ਲੁਧਿਆਣੇ ਦੀ ਤੇ ਲੁਧਿਆਣੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਜੇ ਤੇ ਇੱਥੇ ਜੇ ਪਰਿਵਾਰ ਉਹਨਾਂ ਨੂੰ ਸਮਰਥਨ ਦੇ ਰਿਹਾ ਆ ਤੇ ਕੀ ਗੱਲ ਤੁਸੀਂ ਪਰਿਵਾਰ ਦੇ ਉੱਪਰ ਸਵਾਲ ਨਹੀਂ ਕੀਤਾ? ਦੇਖੋ ਗੱਲ ਇਹ ਆ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਜੇ ਇਕੱਲਾ ਹਰਪਾਲ ਸਿੰਘ ਬਲੇਰ ਨੂੰ ਪਿੱਛੇ ਨਹੀਂ ਕੀਤਾ। ਜਦੋਂ ਚਮਕੌਰ ਸਾਹਿਬ ਪਹਿਲੀ ਜਿਹੜੀ ਪਾਰਟੀ ਵੱਲੋਂ SIL ਗਾਣੇ ਤੋਂ ਬਾਅਦ ਜਿਹੜੀ ਪਹਿਲਾਂ ਵੀ ਅਸੀਂ ਲਗਾਤਾਰ ਉੱਥੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ ਮਨਾਉਂਦੇ ਆ ਰਹੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਤੇ ਇਸ ਜਿਹੜੇ 2 ਸਾਲ ਹੋ ਗਏ ਉਹ ਯੂਥ ਨੂੰ ਮੇਨ ਸੌਦਾ ਸੌਂਪਿਆ ਗਿਆ ਸੀਗਾ ਵੀ ਤੁਸੀਂ ਉੱਥੇ ਜਾ ਕੇ ਬਰਸੀ ਮਨਾਉਣੀ ਆ, ਤੇ ਪਹਿਲੀ ਜਿਹੜੀ ਸਟੇਜ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਦਾਸ ਨੇ ਦਿੱਤੀ। ਉਹ ਤੋਂ ਬਾਅਦ ਫਿਰ ਇਹਨਾਂ ਨੂੰ ਵੱਖ ਵੱਖ ਥਾਵਾਂ ਤੇ ਜਦੋਂ ਵੀ ਕੋਈ ਲੋੜ ਪਈ, ਜਦੋਂ ਵੀ ਪਾਰਟੀ ਨੇ ਇਹਨਾਂ ਨੂੰ ਜਦ ਇਹਨਾਂ ਨੂੰ ਇਹਨਾਂ ਨੇ ਜਦ ਕੀਤਾ
ਪਾਰਟੀ ਹਮੇਸ਼ਾ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੀ। ਭਾਈ ਹਰਪਾਲ ਸਿੰਘ ਬਲੇਰ ਸਾਡੇ ਯੂਥ ਦੇ ਜਿਹੜੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹ ਉੱਥੇ ਜੇਲ੍ਹ ਦੇ ਵਿੱਚ ਬੈਠੇ ਆ, ਜਾਂ ਭਾਈ ਹਰਪਾਲ ਸਿੰਘ ਬਲੇਰ ਨੂੰ ਉਦਣ ਚੱਕਿਆ ਗਿਆ ਜਿੱਦਣ ਉੱਥੇ ਅੱਗੇ ਗਏ ਆ ਆਪਣੇ ਅਜਨਾਲੇ ਗਏ ਆ, ਉੱਥੇ ਸਾਡੀ ਅੱਧ ਨਾਲੋਂ ਜ਼ਿਆਦਾ ਪਾਰਟੀ ਉੱਥੇ ਗਈ ਸੀ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਭਗੌੜੇ ਹੋਏ ਆ ਉਦੋਂ ਅੱਧ ਨਾਲੋਂ ਜ਼ਿਆਦਾ ਸਾਡੀ ਪਾਰਟੀ ਦੇ ਜਿਹੜੇ ਨੌਜਵਾਨ ਸੀ ਉਹ ਚੱਕੇ ਹੋਏ ਸੀ। ਜਦੋਂ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਦੇ ਭੈਣ ਜੀ ਨੂੰ ਚੱਕਿਆ ਤੇ ਮੇਰੇ ਘਰ ਆਪ ਪੁਲਿਸ ਆਈ ਆ, ਮੇਰੇ ਘਰ ਆਪ ਪੁਲਿਸ ਆਈ ਆ, ਮੈਂ ਇੱਕ ਹਫ਼ਤਾ ਮੈਂ ਅੱਗੇ ਪਿੱਛੇ ਰਿਹਾ ਵਾਂ ਮਾਨ ਸਾਹਿਬ ਕੋਲ ਰਿਹਾ, ਉਹ ਤੋਂ ਬਾਅਦ ਮੈਂ ਜਾ ਕੇ ਆਪਣੀ ਪੁੱਛਗਿੱਛ ਦੇ ਵਿੱਚ ਜਾ ਕੇ ਘਰ ਚੈੱਕ ਉਹਨਾਂ ਨੇ ਮੇਰੇ ਘਰ ਚੈੱਕ ਕਰਕੇ ਗਏ ਆ। ਤੇ ਅੱਜ ਸਾਨੂੰ ਮੈਂ ਪੁੱਛਣਾ ਚਾਹੁੰਦਾ ਵੀ ਪਰਿਵਾਰ ਨੇ ਹੁਣ ਜਦ ਪਤਾ ਲੱਗਿਆ ਜਦ ਉਹਨਾਂ ਨੇ ਉੱਥੇ ਮੋਰਚਾ ਲਾਇਆ, ਮੋਰਚੇ ਦੇ ਵਿੱਚ ਅੰਮ੍ਰਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲੇ ਦਿਨ ਤੋਂ ਉੱਥੇ ਉਹਨਾਂ ਦਾ ਸਾਥ ਦੇ ਰਹੀ ਆ, ਉਹਨਾਂ ਲਈ ਅਸੀਂ ਟ੍ਰੇਨਾਂ ਤੱਕ ਇੱਥੇ ਰੋਕੀਆਂ ਬਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ, ਵੀ ਅਸੀਂ ਇੱਥੇ ਜਿਹੜੀਆਂ ਨੈਸ਼ਨਲ ਟ੍ਰੇਨਾਂ ਆ ਦਰਾਏ ਦਾ ਪੁਲ ਸਾਰਾ ਘੇਰਿਆ ਮੇਨ ਅਸੀਂ ਟ੍ਰੇਨਾਂ ਇੱਥੇ ਰੋਕੀਆਂ। ਉਹ ਤੋਂ ਬਾਅਦ ਜਦੋਂ ਮਾਤਾ ਜੀ ਨੂੰ ਉੱਥੇ ਜਾ ਕੇ ਚੱਕਿਆ ਗਿਆ ਉਦੋਂ ਭਾਈ ਹਰਪਾਲ ਸਿੰਘ ਬਲੇਰ ਨੇ ਬਰਾਬਰ ਜਾ ਕੇ ਆਪਣੀ ਗ੍ਰਿਫਤਾਰੀ ਉਹਨਾਂ ਦੀ ਦਿੱਤੀ ਗਈ, ਉਹਨਾਂ ਜਮਾਨਤਾਂ ਦੇ ਕੇ ਆਏ। ਫਿਰ ਜਿੱਦਣ ਹੁਣ ਮਾਤਾ ਜੀ ਜਦ ਭਾਈ ਲੱਗਾ ਪਤਾ ਜਿਸ ਮੇਰੀ ਜਦੋਂ ਟਿਕਟ ਲਾਂਚ ਹੋਈ ਆ ਉਹਦੇ ਨਾਲ ਨਾਲ ਭਾਈ ਹਰਪਾਲ ਸਿੰਘ ਬਲੇਰ ਦੀ ਹੋਈ ਆ, ਤੇ ਜਦੋਂ ਹਰਪਾਲ ਸਿੰਘ ਬਲੇਰ ਦੀ ਟਿਕਟ ਲਾਂਚ ਹੋਈ ਆ ਤੇ ਉਦੋਂ ਹੀ ਇਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਅਦ ਚੋਂ ਲਾਂਚ ਹੋਇਆ, ਇਹਨਾਂ ਨੇ ਭਾਈ ਅੰਮ੍ਰਿਤਪਾਲ ਦੀ ਜੇ ਥਾਂ ਤੇ ਆਪਣੀ ਟਿਕਟ ਛੱਡੀ ਭਾਈ ਹਰਪਾਲ ਸਿੰਘ ਬਲੇਰ ਨੇ, ਤੇ ਉਹਨਾਂ ਨੇ ਸਿਰਫ ਸੈਕਿੰਡ ਕੈਂਡੀਡੇਟ ਦੇ ਤੌਰ ਤੇ ਸੈਕਿੰਡ ਕੈਂਡੀਡੇਟ ਕਿਉਂਕਿ ਭਰ ਨਹੀਂ ਸਕਦੇ ਸੀ ਆਜ਼ਾਦ ਦਾ, ਉਹਨਾਂ ਨੇ ਆਪਣੀ ਇਸ ਕਰਕੇ ਦੁਬਾਰਾ ਪੇਪਰ ਭਰੇ ਸੀ ਵੀ ਕੱਲ ਨੂੰ ਜੇ ਸਰਕਾਰ ਦੀ ਨੀਤੀਆਂ ਬਹੁਤ ਗਲਤ ਨੇ ਜੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਰਿਜੈਕਟ ਕਰਦੇ ਆ ਫਿਰ ਇਹਨਾਂ ਜਿਹੜੀਆਂ ਹੁਣ ਤੱਕ ਠੱਗੂ ਜਿਹੜੀਆਂ ਪਾਰਟੀਆਂ ਸੀ ਉਹਨਾਂ ਲਈ ਰਾਹ ਨਾ ਖੁੱਲ ਜੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੁਬਾਰਾ ਕਾਗਜ਼ ਭਰੇ ਸੀ ਤੇ ਜਿੱਦਣ ਸਾਨੂੰ ਕਲੀਅਰ ਹੋ ਗਿਆ ਵੀ ਉਹਨਾਂ ਦੇ ਕਾਗਜ਼ ਅਸੈਪਟ ਹੋ ਗਏ ਆ ਤੇ ਉਹਨਾਂ ਨੇ ਕਾਗਜ਼ ਵਾਪਸ ਲੈ ਲਏ, ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ, ਫਿਰ ਅਰਦਾਸ ਕੀਤੀ ਆ। ਫਿਰ ਅੱਜ ਮੈਂ ਇਹ ਪੁੱਛਣਾ ਚਾਹੁੰਦਾ ਵੀ ਪਰਿਵਾਰ ਨੂੰ ਕਿੱਥੇ ਦੁਵਿਧਾ ਰਹਿ ਗਈ ਜੇ ਅੱਜ ਇੱਕ ਕਾਂਗਰਸੀ ਜਿਹਦਾ ਬੈਕਗ੍ਰਾਊਂਡ ਹੋਵੇ ਜਿਹੜਾ ਕਹਿੰਦਾ ਹੋਵੇ ਇੱਕ ਠੋਕ ਕੇ ਕਹਿੰਦਾ ਹੋਵੇ ਵੀ ਕਾਂਗਰਸ ਮਾੜੀ ਨਹੀਂ ਕਾਂਗਰਸ ਦੇ ਵਿੱਚ ਕੁਛ ਲੋਕ ਮਾੜੇ ਆ ਤੇ ਉਹ ਤੋਂ ਬਾਅਦ ਵੀ ਆਪਣੇ ਬਾਪੂ ਦੀ ਜਿਹੜਾ ਉਹਦਾ ਕਾਂਗਰਸ ਦੇ ਵਿੱਚ ਉਹਦਾ ਫਾਦਰ ਆ ਜਿਹਨੇ 82 ਦੀ ਸਰਕਾਰ ਦੇ ਵਿੱਚ ਅਨੇਕਾਂ ਹੀ ਸਾਡੇ ਨੌਜਵਾਨ ਮਾਰੇ ਸਾਡੀਆਂ ਧੀਆਂ ਭੈਣਾਂ ਦੀ ਬੇਪਤ ਕਰੀ ਉਹਨਾਂ ਦਾ ਨਾਲ ਉਹ ਜਿਹੜਾ ਉਹ ਬੁੱਚੜ 82 ਸਰਕਾਰ ਦੀ ਬੁੱਚੜ ਦੇ ਵਿੱਚ ਬਰਾਬਰ ਦਾ ਭਾਗੀਦਾਰੀ ਰਿਹਾ ਤੇ ਅੱਜ ਉਹ ਅੱਜ ਪੰਥ ਕਿਵੇਂ ਹੋ ਗਿਆ। ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇਹਦੇ ਤੇ ਆਪਣਾ ਜਵਾਬ ਦੇਣਾ ਚਾਹੀਦਾ ਉਹਨਾਂ ਨੂੰ ਆਪਣਾ ਸਪਸ਼ਟੀਕਰਨ। ਹਾਂਜੀ ਮੈਂ ਕਮਲਜੀਤ ਬਰਾੜ ਦੀ ਗੱਲ ਕਰ ਰਿਹਾ, ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਇਹ ਚੀਜ਼ ਉਹ ਉਹਨਾਂ ਦੇ ਸਾਹਮਣੇ ਹੋ ਰਹੀ ਆ। ਭਾਈ ਅੰਮ੍ਰਿਤਪਾਲ ਸਿੰਘ ਦੀਆਂ ਫੋਟੋਆਂ ਵਰਤੀਆਂ ਜਾ ਰਹੀਆਂ ਨੇ, ਦਰਸ਼ਨ ਸਿੰਘ ਖੋਟੇ ਦੀ ਫੋਟੋ ਇੱਕ ਉੱਪਰ ਲਾਈ ਜਾ ਰਹੀ ਆ ਕਹਿਣ ਤੋਂ ਭਾਵ ਬਈ ਜੇ ਅੱਜ ਕੌਮ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇ ਰਹੀ ਆ ਤੇ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਬਈ ਮੇਰੇ ਨਾਲ ਜਿਹੜੇ ਬਾਕੀ ਦੇ ਜਿਹੜੇ ਨਾਲ ਦੇ ਬੰਦੇ ਆ ਉਹ ਕੌਣ ਨੇ, ਕੌਣ ਮੇਰੀ ਫੋਟੋ ਵਰਤ ਰਿਹਾ। ਜੇ ਅੱਜ ਉਹ ਗਲਤ ਬੰਦੇ ਉਹਨਾਂ ਦੀ ਫੋਟੋ ਵਰਤ ਲੈਂਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਲਈ ਇਹ ਚੀਜ਼ ਗਲਤ ਸਾਬਤ ਹੋਊਗੀ। ਮੈਂ ਉਹਨਾਂ ਦੇ ਪਰਿਵਾਰ ਨੂੰ ਇਹੀ ਬੇਨਤੀ ਕਰੂੰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਬਣਦਾ ਫਰਜ਼ ਹਮੇਸ਼ਾ ਆਪਣੇ ਨਾਲ ਉਹਨਾਂ ਦੇ ਨਿਭਾਇਆ ਤੇ ਅੱਜ ਉਹਨਾਂ ਦਾ ਜਿਹੜਾ ਬਣਦਾ ਫਰਜ਼ ਆ ਉਹ ਲੁਧਿਆਣੇ ਦੇ ਵਿੱਚ ਨਿਭਾਉਣਾ ਚਾਹੀਦਾ।